मैं रिपोर्टर स्नेहा धीर, सांझा पंजाब टीवी, अमृत। ਗੋਲਡ ਮੈਡਲ ਨਹੀਂ ਆਇਆ ਪਰ ਇਹ ਲੱਗਦਾ ਕਿ ਤੁਸੀਂ ਨੈਸ਼ਨਲ ਚੈਂਪੀਅਨ ਬਣ ਸਕਦੇ ਹੋ। ਕੋਸ਼ਿਸ਼ ਕਰੋ ਤੇ ਬਣ ਸਕਦੇ ਹੋ। ਤੁਹਾਨੂੰ ਜਿਹੜੀਆਂ ਫੈਸਿਲਿਟੀਜ਼ ਇੱਥੇ ਪੂਰੀ ਅੰਮ੍ਰਿਤਸਰ ਪ੍ਰੋਪਰ ਮਿਲਦੀਆਂ ਨੇ। ਹਾਂਜੀ, ਆਪਣੇ ਗੁਰੂ ਜੀ ਬਾਰੇ ਕੀ ਕਹਿਣਾ ਚਾਹੋਗੇ ਕੋਸ਼ਾ ਬਾਰੇ? ਜਿੰਨੀਆਂ ਫੈਸਿਲਿਟੀ ਸੀਗੀਆਂ ਸਾਰੀ ਕੋਸ਼ਾ ਕਰਦੀ ਆ, ਉਹਨਾਂ ਕਰਕੇ ਆਪਾਂ ਅੱਗੇ ਜਾਂਦੇ ਹੋਈ ਸਾਨੂੰ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ। ਦੇਖੋ ਦੱਸ ਰਹੇ ਤੁਹਾਡੇ ਗੁਰੂ ਜੀ ਦਾ ਮੈਡਲ ਆਇਆ ਸੀਗਾ, ਅੱਜ 23 ਸਾਲਾਂ ਬਾਅਦ ਮੈਡਲ ਆਇਆ, ਕੀ ਮਹਿਸੂਸ ਕਰਦੇ? ਹਾਰਡ ਵਰਕ ਕਰਨਾ ਚਾਹੀਦਾ। ਇਹ ਸੰਦੇਸ਼ ਜਿਹੜੇ ਅੰਮ੍ਰਿਤਸਰ ਦੀ ਸ਼ਾਨ ਬਣ ਕੇ ਆਏ ਨੇ, ਅਭਿਜੀਤ ਜਿਹਨਾਂ ਨੇ ਹੁਣ ਇਹ ਗੋਲਡ ਮੈਡਲ ਦੀ ਜਗ੍ਹਾ ਤੇ ਕਾਂਸੇ ਪਦਕ ਲੈ ਕੇ ਆਏ ਨੇ, ਪਰ ਉਹਨੂੰ ਉਮੀਦ ਹੈ ਕਿ ਉਹ ਜਲਦ ਹੀ ਗੋਲਡ ਮੈਡਲ ਲੈ ਕੇ ਤੁਹਾਡੇ ਰੂਬਰੂ ਹੋਣਗੇ। ਆਓ ਗੱਲਬਾਤ ਕਰਦੇ ਆ ਉਹਨਾਂ ਦੇ ਕੋਚ ਵਿਕਰਮ ਜੀ ਨਾਲ। ਗੋਲਡ ਮੈਡਲ ਲੈ ਕੇ ਨਹੀਂ ਆ ਸਕੇ ਪਰ ਬ੍ਰੌਨਜ਼ ਮੈਡਲ ਲੈ ਕੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਇਹ ਇੱਕ ਜਿਹੜੇ ਸਾਡੇ ਅੱਜ ਪ੍ਰਧਾਨ ਆ, ਮੇਰੇ ਨਾਲ ਬੱਤਰਾ ਜੀ ਨੇ ਮੇਰੀ ਟੀਮ ਦੇ ਕਮਿਸ਼ਨਰ ਬੈਠੇ ਨੇ, ਸਾਡੇ ਬਹੁਤ ਹੀ ਸਤਿਕਾਰਤ ਕੁਸ਼ਤੀ ਦੇ ਜੇ ਆਪਾਂ ਵਿਜਮ ਪਿਤਾ ਵਿੱਚ ਕਹੀਏ ਸੋਹਣ ਭਲਵਾਨ ਜੀ, ਵਿਕਰਮ ਸ਼ਰਮਾ ਜੀ, ਟੀਮ ਮੈਂ ਕਹਿੰਦਾ ਸਾਰੀ ਇੱਕ ਬਹੁਤ ਮਿਹਨਤੀ ਟੀਮ ਇੱਥੇ ਹੈ। ਮੈਂ 2023 ਪ੍ਰਧਾਨ ਬਣਿਆ ਸੀ, ਉਸ ਤੋਂ ਬਾਅਦ ਲਗਾਤਾਰ ਸਾਨੂੰ ਕੋਈ ਨਾ ਕੋਈ ਉਪਲਬਧੀਆਂ ਮਿਲ ਰਹੀਆਂ। ਇਹਨੂੰ ਇੱਕ ਦੇਖੋ ਰੋਲ ਮਾਡਲ ਹੁੰਦੇ ਨੇ ਇਹੋ ਜਿਹੇ ਬੱਚੇ, ਬੇਸ਼ੱਕ ਇਹਨੂੰ ਗੋਲਡ ਮੈਡਲ ਨਹੀਂ ਮਿਲ ਸਕਿਆ ਪਰ ਇਹ ਪ੍ਰੇਰਣਾ ਹੈ। ਬੜਾ ਫਕਰ ਹੈ ਜੀ, ਔਰ ਇਹ ਜਿੱਥੇ ਫਕਰ ਜਿਹੜਾ ਇਹ ਘਰਦਿਆਂ ਨੂੰ ਉੱਥੇ ਸਾਰੇ ਸ਼ਹਿਰ ਨੂੰ ਹੁੰਦਾ ਆ। ਇਹ ਜਿਹੜੀ ਚੀਜ਼ ਜਿਹੜੀ ਹੈ ਇੱਕ ਭਲਵਾਨੀ ਤਪੱਸਿਆ ਹੈਗੀ ਹੈ, ਔਰ ਇਹ ਤਾਪਿਆ ਇਹ ਜਿੰਨਾ ਤਪ ਕਰੂੰਗਾ, ਜਿੱਥੇ ਅੱਜ ਇਹ ਜੂਨੀਅਰ ਆਪਣਾ ਨੈਸ਼ਨਲ ਦੇ ਵਿੱਚ ਅੱਜ ਇਹ ਬ੍ਰੌਨਜ਼ ਮੈਡਲ ਲੈ ਕੇ ਆਇਆ, ਇਹ ਅੱਗੇ ਹੋਰ ਪ੍ਰੈਕਟਿਸ ਕਰੂੰਗਾ, ਹੋਰ ਤਪ ਕਰੂੰਗਾ, ਇਹ ਅੱਗੇ ਆਪਣੇ ਸ਼ਹਿਰ ਦੇ ਲਈ, ਆਪਣੇ ਸੂਬੇ ਦੇ ਲਈ ਜਿਹੜਾ ਹੈਗਾ ਹੋਰ ਜਿਹੜਾ ਮਾਣ ਦਾ ਇੱਕ ਕੋਚ ਬਣੂੰਗਾ, ਆਪਣਾ ਇਹ ਗੋਲਡ ਮੈਡਲ ਲੈ ਕੇ ਆਊਗਾ, ਅਤੇ ਸਾਡੀ ਇਹਦੇ ਨਾਲ ਪੂਰੀ ਉਮੀਦ ਹੈ ਔਰ ਸਾਡਾ ਆਸ਼ੀਰਵਾਦ ਵੀ ਆ ਬੱਚੇ ਦੇ ਉੱਤੇ, ਕਿਉਂਕਿ ਇਹ ਬੜਾ ਹੋਨਹਾਰ ਬੇਟਾ। ਇਹਦੇ ਫਾਦਰ ਵੀ ਜਿਹੜੇ ਆ ਉਹ ਪਹਿਲਵਾਨੀ ਦੇ ਨਾਲ ਜੁੜੇ ਨੇ ਔਰ ਇਸ ਚੀਜ਼ ਨੂੰ ਜਾਣਦੇ ਨੇ, ਇਹਨੂੰ ਪੂਰਾ ਸਹਿਯੋਗ ਹੈ ਇਹਨਾਂ ਦੇ ਕੋਚਾਂ ਦਾ, ਜਿਹੜੇ ਸਧਾਰੇ ਸਾਡੇ ਸਰਦਾਰ ਸੋਹਣ ਸਿੰਘ ਡੀ ਏ ਜੀ, ਸਾਡੇ ਵਿਕਰਮ ਪਹਿਲਵਾਨ ਜੀ, ਬੰਡੀ ਪਹਿਲਵਾਨ ਜੀ ਕੋਚ ਨੇ ਇਹਦੇ, ਔਰ ਇਹਨਾਂ ਦੀ ਸਾਰੀ ਟੀਮ ਜਿਹੜੀ ਇਹਨਾਂ ਦੇ ਨਾਲ ਲੱਗੀ ਹੈ। ਸਾਨੂੰ ਉਮੀਦ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਨੈਸ਼ਨਲ ਕੈਂਪ ਦੇ ਵਿੱਚ ਸਾਡਾ ਇੱਕ ਸ਼ੇਰ ਨਾਲ ਮੈਡਲ ਲੈ ਗਿਆ, ਕੀ ਮਹਿਸੂਸ ਕਰਦਾ ਜੀ? ਜਿਹੜੀ ਅਸੀਂ ਮਿਹਨਤ ਕਰਦੇ ਹਾਂ, ਜਦੋਂ ਬੱਚੇ ਮੈਡਲ ਲੈ ਕੇ ਆਉਂਦੇ ਆ ਤਾਂ ਸਾਨੂੰ ਥੋੜ੍ਹਾ ਜਿਹਾ ਜਿਹੜਾ ਬੱਚਾ ਮੈਡਲ ਲੈ ਕੇ ਆਉਂਦਾ ਨੈਸ਼ਨਲ ਪੰਜਾਬ
ਪੰਜਾਬ ਸਟੇਟ ਦਾ ਨਾਮ ਹੋਇਆ ਹੋਇਆ, ਜਿਸ ਲੈਵਲ 'ਤੇ ਖੇਲ ਕੇ ਆਇਆ ਵਾ ਸਾਨੂੰ ਸੰਤੁਸ਼ਟੀ ਘੱਟ ਹੈ ਇਸ ਲੈਵਲ ਤੋਂ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ 'ਤੇ ਲੱਗਣਾ ਹੀ ਹੈ। ਇੱਥੇ ਸਾਡੇ ਜਿਹੜੇ ਕੋਚ ਸਾਹਿਬ ਆ ਉਹਨਾਂ ਕੋਲ 3-3 ਪੀੜ੍ਹੀਆਂ ਆ ਗਈਆਂ ਟ੍ਰੇਨਿੰਗ ਕਰਨ ਵਾਸਤੇ, ਦਾਦੇ ਤੋਂ ਪੋਤੇ ਤੱਕ ਦੀ, ਅਤੇ ਜਿੰਨੇ ਇਹ ਵੀ ਆ ਹੁਣ ਇਹ ਜਿਹੜਾ ਇਹ ਪਹਿਲਵਾਨ ਮੈਡਲ ਜਿੱਤ ਕੇ ਆਇਆ ਇਹ ਵੀ ਤੀਸਰੀ ਪੀੜ੍ਹੀ ਆ, ਇਹਦੇ ਚਾਚੇ ਤਾਏ ਮਾਮੇ ਪਿਓ ਸਾਰੇ ਭਲਵਾਨੀ ਕਰਦੇ ਰਹੇ ਆ, ਤਾਂ ਹੀ ਇਹ ਪਹਿਲਵਾਨੀ 'ਚ ਆਇਆ। ਮਗਰ ਜਿਵੇਂ ਦੇਖੋ ਨੌਜਵਾਨ ਹੈਗੇ ਪੰਜਾਬੀ ਲੋਕ ਬਾਹਰਲੇ ਮੁਲਕਾਂ 'ਚ ਜਾ ਰਹੇ ਆਪਣੇ ਛੱਡ ਕੇ, ਕੀ ਬਾਹਰ ਨਸ਼ਾ ਜ਼ਿਆਦਾ ਜਾਂ ਕੰਮ ਕਾਰ ਨਹੀਂ ਹੈਗਾ ਜਾਂ ਇੱਥੇ ਹੈਗਾ ਜੀ? ਦੇਖੋ ਅੱਜ ਕੱਲ੍ਹ ਜਿਹੜਾ ਨੌਜਵਾਨ ਦਿਸ਼ਾ ਨਹੀਂ ਮਿਲਦੀ, ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੂੰ ਕੋਈ ਮਾਰਗਦਰਸ਼ਨ ਨਹੀਂ ਲੱਭਦਾ। ਤੁਸੀਂ ਗਰਾਊਂਡਾਂ 'ਚ ਆਓ ਕਿ ਤੁਹਾਨੂੰ ਕੋਚ ਮਿਲਣਗੇ, ਸਕੂਲਾਂ 'ਚ ਜਾਓ ਕਿ ਤੁਹਾਨੂੰ ਟੀਚਰ ਮਿਲਣਗੇ, ਇਹ ਤੁਹਾਨੂੰ ਆਪਣੇ ਆਪ 'ਚ ਕਰਨਾ ਪੈਣਾ ਕੁਛ ਨਾ ਕੁਛ, ਇਹ ਨਹੀਂ ਆਪਾਂ ਆਪਣਾ ਮਾਇੰਡ ਸੈੱਟ ਕਰ ਚੁੱਕੇ ਹਾਂ, ਪਲੱਸ ਟੂ ਪਾਸ ਕੋਰਸ ਕਰੋ ਅਤੇ ਬਾਹਰ ਜਾਓ। ਇਹ ਆਪਣਾ ਜਿਹੜਾ ਸਾਡਾ ਦਿਮਾਗ ਆ ਨਾ ਇਹਨੂੰ ਸਾਨੂੰ ਲਿਆਉਣਾ ਪੈਣਾ ਸਪੋਰਟਸ ਦੇ ਵਿੱਚ, ਮਿਹਨਤ ਕਰਨੀ ਪੈਣੀ। ਇਹਨਾਂ ਨੂੰ ਰੋਕਣਾ ਤਾਂ ਕੀ ਕਰਨਾ ਚਾਹੀਦਾ ਥੋੜ੍ਹਾ? ਨਹੀਂ ਆਹ ਦੇਖੋ ਜਿੱਦਾਂ ਮੈਡਲ ਲੈ ਕੇ ਆਉਂਦੇ ਪਏ ਆ, ਹੁਣ ਤੁਸੀਂ ਜਾ ਕੇ ਜਦੋਂ ਚੱਲਣੀ ਆ ਤੁਹਾਡੀ ਵੀਡੀਓ, ਲੋਕਾਂ ਨੂੰ ਪਤਾ ਲੱਗਣਾ ਇਹਦਾ ਮੈਡਲ ਆਇਆ ਵਾ, ਇਹਨੂੰ ਇੰਨਾ ਸਵਾਗਤ ਹੋਇਆ ਵਾ, ਇਹਨੂੰ ਪਿਆਰ ਮਿਲਿਆ ਵਾ, ਇੰਨਾ ਆਟੋਮੈਟਿਕਲੀ ਬੱਚਿਆਂ ਨੇ ਦੇਖ ਕੇ ਇਹਨੂੰ ਮੋਟੀਵੇਟ ਹੋਣਾ। ਧੰਨਵਾਦ। ਦੇਖੋ ਤੁਸੀਂ ਇੱਕ ਬਾਪ ਹੋ, ਭਲਵਾਨ ਵੀ ਰਹੇ ਹੋ ਸਕਦਾ ਵੀ ਤੁਸੀਂ ਉਸ ਸੁਵਿਧਾ 'ਤੇ ਖੜੇ ਨਾ ਉਤਰ ਸਕੇ ਹੋ ਜਿੱਥੇ ਉਹ ਇਹ ਬੱਚਾ ਖੜਾ ਉਤਰ ਰਿਹਾ ਕੋਈ, ਇਹਦੇ ਵਿੱਚ ਤੁਹਾਡਾ ਹੱਥ ਜ਼ਿਆਦਾ ਕਿ ਕੋਚ ਸਾਹਿਬ ਦਾ ਹੱਥ ਜ਼ਿਆਦਾ? ਮਾਂ ਬਾਪ ਨੇ ਜਿਹੜੀ ਕੋਸ਼ਿਸ਼ ਆ ਨਾ ਬੱਚੇ ਨੂੰ ਮਿਹਨਤ ਨਹੀਂ ਕਰਵਾ ਸਕਦਾ, ਕਰਾ ਦੇ ਸਕਦਾ, ਇਹਦੇ 'ਚ ਜਿੰਨਾ ਵੀ ਹੈਗਾ ਜੁੰਮਾ ਸਾਰਾ ਦੇ ਸਕਦਾ, ਇਹ ਦਿਨ ਰਾਤ ਨੂੰ ਮਿਹਨਤ ਕਰਾਉਂਦਾ ਅਤੇ ਇਹਨਾਂ ਨੇ ਉਹਨੂੰ ਪਾਰ ਲਾਉਣਾ। ਖੁਸ਼ੀ ਦੇ ਜਿਹੜੇ ਅਸਲੀ ਫਾਦਰ ਨੇ ਉਹ ਤੁਸੀਂ ਵਿਕਰਮ ਜੀ ਨਹੀਂ ਕਹਿੰਦੇ? ਹਾਂਜੀ, ਅਸਲੀ ਫਾਦਰ। ਬਹੁਤ ਬਹੁਤ ਧੰਨਵਾਦ। ਦੀ ਗੱਲ ਹੈ ਅੱਜ ਸਾਡਾ ਇਹ ਬੱਚਾ ਇਹ ਅਖਾੜੇ ਦੇ ਵਿੱਚੋਂ ਜਿਹੜੇ ਬੜੇ ਬੜੇ ਵੱਡੇ ਭਲਵਾਨ ਹੋਏ ਨੇ ਔਰ ਉਹਨਾਂ ਦੇ ਵਿੱਚ ਇਹਦਾ ਨਾਂ ਜੁੜਿਆ ਆ, ਔਰ ਇਹਨੇ ਜਿੱਥੇ ਆਪਣੇ ਫਾਦਰ ਦਾ ਨਾਂ ਉੱਚਾ ਕੀਤਾ ਆ ਮੇਰੇ ਵੀਰ ਅੱਛੀ ਪਹਿਲਵਾਨ ਦਾ, ਔਰ ਉੱਥੇ ਸਾਡੇ